ਹੈਲੋ ਗਾਇਸ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਹੋਪ ਕਰਦਾ ਕਿ ਤੁਸੀਂ ਵਧੀਆ ਹੋਵੋਗੇ। ਸਵਾਗਤ ਹੈ ਤੁਹਾਡਾ ਮੇਰੇ ਨਵੇਂ ਵਲੋਗ ਦੇ ਉੱਤੇ। ਅਤੇ ਇਹ ਵਾਲਾ ਵਲੋਗ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ। ਇੱਦਾਂ ਮੈਂ ਕਿਉਂ ਕਹਿੰਦਾ ਪਿਆ, ਕਿਉਂਕਿ ਦੇਖ ਲਓ, ਅੱਜ ਮੇਰੇ ਵਲੋਗ 'ਚ ਮੇਰਾ ਫਰੈਂਡ ਆ, ਅਤੇ ਇਹ ਮਤਲਬ ਥੋੜ੍ਹੀ ਜਿਹੀ ਕਲਿੱਪਸ ਤੋਂ ਬਾਅਦ 'ਚੋਂ ਇਹ ਵਲੋਗ ਇਹ ਵਾਲੀ ਕਲਿੱਪ ਸਟਾਰਟ ਹੋਣੀ ਆ। ਮੈਂ ਤੁਹਾਨੂੰ ਇੱਥੇ ਗਰਾਊਂਡ ਦਾ ਅੰਦਰਲਾ ਵਿਊ ਦਿਖਾਇਆ, ਮਤਲਬ ਬਹੁਤ ਹੀ ਵਧੀਆ ਵਿਊ ਆ। ਜੋ ਕਰਦੇ ਹਾਂ ਫਿਰ ਵਲੋਗ ਨੂੰ ਸ਼ੁਰੂ। ਅਤੇ ਗਾਈਸ, ਇਸ ਵਲੋਗ 'ਚ ਪਹਿਲਾਂ ਤਾਂ ਮੈਂ ਸਟੀਕਰਸ ਬਾਏ ਕਰਨ ਗਿਆ, ਤੁਸੀਂ ਦੇਖ ਲਈਓ, ਅਤੇ ਉਸ ਤੋਂ ਬਾਅਦ 'ਚੋਂ ਮੈਂ ਤੁਹਾਨੂੰ ਗਰਾਊਂਡ ਦਿਖਾਏ ਆ। ਇੱਥੇ ਗੇਮ ਪਲੇ ਦਿਖਾਇਆ, ਹਾਂ ਮੇਰੇ ਸ਼ੂਟ ਦਿਖਾਏ, ਸ਼ੂਟ ਦਿਖਾਏ ਜੋ ਬਿਲਕੁਲ ਬਕਵਾਸ ਸੀਗੇ। ਵੈਸੇ ਮੇਰੇ ਵੀ ਬਕਵਾਸ ਹੀ ਸੀਗੇ, ਬਾਕੀ ਤੁਸੀਂ ਦੇਖਿਓ, ਤੁਹਾਨੂੰ ਆ ਵੀ ਪਤਾ ਲੱਗ ਜਾਣਾ। ਆ ਜਾਓ ਫਿਰ। ਅਤੇ ਗਾਈਸ, ਹੁਣ ਮੈਂ ਚੱਲਿਆ ਸਾਈਕਲ 'ਤੇ ਸਟੀਕਰ ਪਤਾ ਕਰਨ ਲਈ, ਜੇ ਇੱਥੋਂ ਮਿਲਦੇ ਆ। ਬਾਕੀ ਚਲੋ ਚਲੋ, ਆਈ ਥਿੰਕ ਤਾਂ ਨਹੀਂ ਮਿਲਣਗੇ, ਬਾਕੀ ਦੇਖਦੇ ਹਾਂ। ਚਲੋ ਫਿਰ ਚਲੀਏ। ਅਤੇ ਗਾਈਸ, ਪੱਕਾ ਤਾਂ ਨਹੀਂ ਪਰ ਸ਼ਾਇਦ ਹੋ ਸਕਦਾ ਕਿ ਪੈਟਰੋਲ ਪੰਪ ਤੋਂ ਮਿਲਣ, ਬਾਕੀ ਚੱਲਦੇ ਤਾਂ ਦੇਖਦੇ ਹਾਂ। ਪੈਟਰੋਲ ਪੰਪ ਤਾਂ ਪਹੁੰਚ ਗਿਆ। ਅਤੇ ਗਾਈਸ, ਸਟੀਕਰ ਤਾਂ ਹੈਗੇ ਆ ਪਰ ਇਹਨੇ ਮੈਨੂੰ ਵਧੀਆ ਨਹੀਂ ਲੱਗਿਆ। ਦੇਖੋ ਇੱਕ ਇਹ ਆ, ਅਤੇ ਬਾਕੀ ਨੰਬਰ ਵਗੈਰਾ ਆ। ਦੇਖੋ ਆਹ, ਮੈਂ ਇਹ ਸਾਈਡ 'ਤੇ ਥੱਲੇ ਜਿਹੜੀ ਚੀਜ਼ ਸੋਚਿਆ ਸੀਗਾ ਉਸ ਹਿਸਾਬ ਦੇ ਤਾਂ ਨਹੀਂ ਮਿਲ। ਅਤੇ ਗਾਈਸ, ਸਟੀਕਰ ਤਾਂ ਮਿਲਿਆ ਨਹੀਂ, ਬਾਕੀ ਹੁਣ ਦੇਖਦੇ ਹਾਂ ਕਿੱਧਰ ਵਹਿ ਜਾਈਏ। ਹੁਣ ਕੋਈ ਲੋਕੇਸ਼ਨ ਤਾਂ ਹੈ ਨਹੀਂ, ਇੱਧਰਲੀ ਸਾਈਡ ਹੀ ਘੁੰਮਦਾ ਪਿਆ। ਗਾਈਸ, ਸਟੀਕਰ ਮਿਲੇ ਨਹੀਂ ਅਤੇ ਮੈਂ ਹੋ ਗਿਆ ਬੋਰ, ਨਾ ਕੋਈ ਲੋਕੇਸ਼ਨ ਆ। ਮੈਂ ਕਿਹਾ ਹੁਣ ਕਰੀਏ ਕੀ, ਫਿਰ ਮੈਂ ਪਾਰਕ ਕੋਲ ਸੀਗਾ, ਮੈਂ ਕਿਹਾ ਚਲੋ ਪੀਂਘ ਹੀ ਝੂਟ ਲੈਂਦੇ ਹਾਂ। ਅਤੇ ਉਸ ਤੋਂ ਮੈਂ ਇੱਕ ਦਿਨ ਬਾਅਦ 'ਚ ਵਲੋਗ ਬਣਾਉਂਦਾ ਪਿਆ, ਮਤਲਬ ਵਲੋਗ ਹੀ ਨਹੀਂ ਬਣਦੇ ਪਏ ਹੁਣ, ਕਿਉਂਕਿ ਪਹਿਲਾਂ ਸਕੂਲ 'ਚ ਹੁੰਦਾ ਅਤੇ ਸਕੂਲ ਵੀ ਹੁਣ ਜ਼ਿਆਦਾ ਪੀਰੀਅਡ ਲੱਗਦੇ ਆ, ਮਤਲਬ 7 ਪੀਰੀਅਡ ਲੱਗਦੇ, ਅਤੇ ਉਸ ਹਿਸਾਬ ਨਾਲ ਲੇਟ ਘਰ ਆਉਂਦਾ। ਉਸ ਤੋਂ ਬਾਅਦ 'ਚੋਂ ਪ੍ਰੈਕਟਿਸ ਹੁੰਦੀ ਆ, ਉਸ ਤੋਂ ਬਾਅਦ 'ਚੋਂ ਟਿਊਸ਼ਨ ਹੁੰਦੀ ਆ, ਤਾਂ ਵਲੋਗ ਬਣਦੇ ਨਹੀਂ। ਅਤੇ ਹੁਣ ਮੈਂ ਥੋੜ੍ਹਾ ਫਰੀ ਹਾਂ, ਨਾ ਅੱਜ ਟਿਊਸ਼ਨ ਆ ਨਾ ਅੱਜ ਪ੍ਰੈਕਟਿਸ ਆ, ਮਤਲਬ ਸੋਚ ਹੀ ਸਕਦੇ ਹਾਂ। ਅਤੇ ਮੈਂ ਕਿਹਾ ਅੱਜ ਚਲੋ ਵਲੋਗ ਬਣਾਉਂਦੇ ਹਾਂ, ਅਤੇ ਗਰਾਊਂਡ ਹੀ ਚੱਲਦੇ ਹਾਂ ਤਾਂ ਖੇਡਦੇ ਹਾਂ, ਅਤੇ ਫਿਰ ਤੁਹਾਨੂੰ ਵੀ ਦਿਖਾਉਂਦਾ। ਆ ਜਾਓ ਫਿਰ। ਅਤੇ ਗਾਈਸ, ਇੱਕ ਹੋਰ ਗੱਲ ਕਿ ਮੈਨੂੰ ਵਲੋਗ ਬਣਾਏ ਨੂੰ ਕਮ ਸੇ ਕਮ 6 ਦਿਨ ਹੋ ਚੁੱਕੇ ਆ। ਮੈਂ 6 ਦਿਨ ਤੋਂ ਕੋਈ ਵੀ ਵਲੋਗ ਪਬਲਿਸ਼ ਨਹੀਂ ਕੀਤਾ, ਅਤੇ ਹੁਣ ਕੱਲ੍ਹ ਕਰਨਾ ਹੀ ਪੈਣਾ, ਮਤਲਬ ਕੁਛ ਵੀ ਕਰਕੇ ਅੱਜ ਰਾਤ ਨੂੰ ਪੋਸਟ ਕਰ ਦੇਣਾ। ਅੱਜ ਥਰਸਡੇ ਆ, ਫਰਾਈਡੇ ਤੱਕ ਤੁਸੀਂ ਵਲੋਗ ਇਹ ਦੇਖ ਸਕਦੇ ਹੋ। ਅਤੇ ਗਾਈਸ, ਇੱਕ ਹੋਰ ਗੱਲ ਕਿ ਜਿਹੜਾ ਕੱਲ੍ਹ ਦਾ ਦਿਨ ਆ, ਮਤਲਬ ਇੱਕ ਹਿਸਾਬ ਦਾ ਲਾਸਟ ਦਿਨ ਆ, ਉਸ ਤੋਂ ਬਾਅਦ 'ਚੋਂ 2 ਵੀਕਸ ਦੀ ਹੋਲੀਡੇਜ਼ ਆ ਈਸਟਰ ਲਈ, ਜਿਹੜਾ ਇਹਨਾਂ ਦਾ ਫੈਸਟੀਵਲ ਹੁੰਦਾ, ਉਦੋਂ ਫਿਰ ਵਲੋਗ ਕਰਾਂਗੇ, ਵਧੀਆ ਤੋਂ ਵਧੀਆ ਲੈ ਕੇ ਆਵਾਂਗੇ। ਅਤੇ ਉਹ ਵਲੋਗ ਵੀ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਤੇ ਗਾਈਸ, ਤੁਸੀਂ ਪਿਛਲੀ ਵਲੋਗ 'ਚ ਪਿਛਲੀ ਕਲਿੱਪ 'ਚ ਦੇਖਿਆ ਹੋਣਾ, ਅਤੇ ਮੈਂ ਸਟਿੱਕਰ ਲੈਣ ਗਿਆ ਸੀਗਾ, ਅਤੇ ਆਹ ਮੈਂ ਇੱਦਾਂ ਫਿਨਿਸ਼ਿੰਗ ਕਰਨ ਨੂੰ ਪੇਂਟ ਮਾਰਤਾ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਇੱਥੇ ਤਾਂ ਸੱਕ ਸੀਗਾ, ਲੇਕਿਨ ਮੈਂ ਹੁਣ ਇੰਨਾ ਕਰਤਾ, ਦੱਸਿਓ ਕਿੱਦਾਂ ਦਾ ਲੱਗਦਾ ਪਿਆ। ਗਾਈਸ, ਮੈਂ ਚੱਲਿਆ ਤਾਂ ਹੈਗਾ ਪਰ ਹੁਣ ਉੱਥੇ ਜਾ ਕੇ ਸ਼ੂਟ ਕਿੱਦਾਂ ਕਰੂੰਗਾ ਦੇਖਦੇ ਹਾਂ। ਜੇ ਕੋਈ ਮਿਲ ਗਿਆ ਤਾਂ ਫਿਰ ਉਹਨੂੰ ਕਹਿ ਦਾਂਗੇ ਕਿ ਥੋੜ੍ਹਾ ਸ਼ੂਟ ਕਰ ਦੇ। ਅਤੇ ਗਾਈਸ, ਉੱਦਾਂ ਜੇ ਪ੍ਰੈਕਟਿਸ ਹੈਗੀ ਤਾਂ ਆ, ਬਾਕੀ ਦੇਖਦੇ ਹਾਂ। ਅਤੇ ਗਾਈਸ, ਗਰਾਊਂਡ ਇੰਨੀ ਨੇੜੇ ਆ, ਪਿੱਛੇ ਮੇਰਾ ਇੱਕ ਗਲੀ ਮੋੜ ਕੇ ਘਰ ਆ, ਅਤੇ ਇੱਧਰ ਨੂੰ ਜਾ ਕੇ ਗਰਾਊਂਡ ਆ ਗਈ। ਗਾਈਸ, ਇੱਥੇ ਮੈਂ ਰਹਿੰਦਾ, ਇਹਦਾ ਇਹ ਫਾਇਦਾ ਕਿ ਗਰਾਊਂਡ ਬਹੁਤ ਹੀ ਨੇੜੇ ਆ, ਪ੍ਰੈਕਟਿਸ ਹੈਗੀ ਆ, ਫਾਇਦਾ ਹੋ ਗਿਆ। ਇਸ ਪ੍ਰੈਕਟਿਸ ਆਉਂਦੀ ਪਈ ਆ, ਕੋਈ ਨਾ ਕੋਈ ਬੰਦਾ ਤਾਂ ਮਿਲ ਹੀ ਜਾਣਾ, ਇਹ ਬੰਦਾ ਤਾਂ ਮਿਲ ਹੀ ਗਿਆ। ਦੇਖੋ ਖੜਾ ਮੁੰਡਾ ਕਰੂ। ਗਾਈਸ, ਇਹਨਾਂ ਦੀ ਪ੍ਰੈਕਟਿਸ ਵੀ ਹੁਣੀ ਖਤਮ ਹੋਣ ਲੱਗੀ, ਵਧੀਆ ਹੁਣ ਕਰਦੇ ਆ ਸ਼ੂਟ 'ਤੇ, ਮੈਂ ਤੁਹਾਨੂੰ ਦੱਸ। ਗਾਈਸ, ਇੱਥੇ ਜੇ ਆਪਾਂ ਜ਼ਿਆਦਾ ਜ਼ਿਆਦਾ ਸਪੋਰਟਸ ਦੀ ਗੱਲ ਕਰੀਏ ਤਾਂ ਫੁੱਟਬਾਲ, ਬਾਸਕਿਟਬਾਲ ਅਤੇ ਵੋਲੀਬਾਲ ਆ, ਤਾਂ ਜ਼ਿਆਦਾ ਇਹ ਫੇਵਰੇਟ ਆ ਇਹਨਾਂ ਦੀ, ਇਹੀ ਪਲੇ ਕਰਦੇ ਆ ਇੱਥੇ, ਅਤੇ ਇਹੀ ਫੇਮਸ ਆ, ਆਹੀ ਜ਼ਿਆਦਾ ਖੇਡਦੇ ਆ। ਅਤੇ ਕ੍ਰਿਕਟ ਇੱਥੇ ਬਿਲਕੁਲ ਨਹੀਂ ਖੇਡਦੇ, ਅਤੇ ਗਰੀਸ ਦੀ ਟੀਮ ਵੀ ਨਹੀਂ ਹੈਗੀ, ਜੇ ਤੁਹਾਨੂੰ ਪਤਾ ਹੋਊਗਾ ਵੈਸੇ ਤਾਂ ਪਤਾ ਹੀ ਹੋਣਾ। ਓ ਆਹ ਦੇਖ ਲਓ ਜੀ, ਸੇਫ ਕਰ ਲਈ ਮੁੰਡੇ ਨੇ, ਹੁਣ ਦੇਖਦੇ ਹਾਂ ਇਹ ਸੇਫ ਮੇਰੀ ਕਰ ਪਊਗਾ ਕਿ ਨਹੀਂ, ਦੇਖਦੇ ਹਾਂ। ਆ ਬਾਕੀ ਇੱਕ ਹੋਰ ਮੁੰਡਾ ਆ ਗਿਆ, ਇਹ ਇੱਥੇ ਪਾਰਕ 'ਚ ਖੇਡਦਾ ਪਿਆ ਸੀਗਾ, ਅਤੇ ਕਹਿੰਦਾ ਮੈਂ ਵੀ ਸ਼ੂਟ ਕਰਨ 'ਚ ਹੈਲਪ ਕਰੂੰਗਾ, ਅਤੇ ਹੁਣ ਚੱਲਦੇ ਹਾਂ। ਦੇਖ ਲਓ ਜੀ, ਇੱਦਾਂ ਫਿਰ ਵਲੋਗ ਚਲਾਉਣ ਲਈ ਇੱਦਾਂ ਫਿਰ ਪਤਾ ਹੀ ਆ ਤੁਹਾਨੂੰ। ਗਾਈਸ, ਇਹ ਹੈਗੀ ਆ ਗਰਾਊਂਡ ਦੀ ਐਂਟਰੈਂਸ। ਗਾਈਸ, ਆਹ ਦੇਖੋ ਅੰਦਰੋਂ ਦੀ ਇੱਦਾਂ ਦੀ ਲੱਗਦੀ, ਤਾਂ ਇੱਥੇ ਸਾਰੇ ਪ੍ਰਮੋਸ਼ਨ ਦੇ ਲੱਗੇ ਹੋਏ ਆ।
ਮੰਤਰੀ ਜ਼ਿਨੀਆ ਕੋਸ ਤੁਸੀਂ ਸਰਚ ਵੀ ਕਰ ਸਕਦੇ ਹੋ। ਅਤੇ ਗਾਈਸ ਹੁਣ ਇੱਦਾਂ ਖੇਡਣਾ ਪੈਣਾ, ਕੋਈ ਮਤਲਬ ਆਏ ਨੀਗਾ ਅਤੇ ਮੈਂ ਇਸ ਟਾਈਮ ਤਾਂ ਆ ਗਿਆ ਵੀ ਫਿਰ ਸਨਲਾਈਟ 'ਚ ਤੁਹਾਨੂੰ ਪਤਾ ਵਲੋਗ ਦਾ ਥੋੜ੍ਹੀ ਕੁਆਲਿਟੀ ਵਧੀਆ ਦਿਖਦੀ ਆ। ਤੂੰ ਕੀ ਦੇਖਦਾ ਹੋਏ ਇੱਦਾਂ ਮੈਂ ਕਰਦਾ ਹੁੰਦਾ ਕਦੀ ਕਦੀ ਗਾਈਸ। ਮਤਲਬ ਇਹ ਗਰਾਊਂਡ ਦਾ ਜਿਹੜਾ ਵਿਊ ਆ ਨਾ ਡਰੋਨ ਵਿਊ ਤਾਂ ਬਹੁਤ ਹੀ ਵਧੀਆ, ਦੇਖੋ ਗਰਾਊਂਡ ਨਾਲ ਹੀ ਸਮੁੰਦਰ ਅਤੇ ਤੂੰ ਕਹਿੰਦਾ ਛੱਡੀ ਜਾਂਦਾ ਰੁਕ ਜਾ ਅਤੇ ਉੱਧਰ ਆਈਲੈਂਡ ਇੱਦਾਂ ਵਿਊ ਫਿਰ। ਅਤੇ ਗਾਈਸ ਕਾਫੀ ਜ਼ਿਆਦਾ ਦਾ ਪ੍ਰੋਸੈਸ ਖੇਡ ਨੇ, ਇਹ ਤਾਂ ਕਹਿਣ ਦੀ ਗੱਲ ਆ, ਹਾਲ ਤਾਂ 10 ਕੁ ਮਿੰਟ ਹੋਏ ਆ ਇਹਨੂੰ ਮਤਲਬ ਖੇਡਦੇ ਪਿਆ ਹੁਣ। ਅਤੇ ਜਦੋਂ ਬੰਦੇ ਕੋਲ ਇਹ ਕੰਟੈਂਟ ਨਹੀਂ ਹੁੰਦਾ ਤਾਂ ਬੰਦਾ ਕੀ ਕਰਦਾ, ਮਤਲਬ ਜਦੋਂ ਕੰਟੈਂਟ ਨਹੀਂ ਸੀਗਾ ਨਹੀਂ ਪਹਿਲਾਂ ਮੈਂ ਕਿੱਦਾਂ ਵੀਡੀਓ ਬਣਾਉਂਦਾ ਸੀ। ਦੇਖ ਲਓ ਗਰਾਊਂਡ ਦੇਖੋ ਗਾਈਸ, ਅਤੇ ਇੱਥੇ ਖੇਡਦੇ ਅਤੇ ਵੀ ਮੈਂ ਤਾਂ ਹੀ ਕਹਿੰਦਾ ਪਿਆ ਵਲੋਗ ਵੱਡਾ ਕਰਨ ਨੂੰ। ਚੈਲੇਂਜ ਦਿੱਤਾ ਦੇਖੋ ਜਿਹੜਾ ਆਹ ਡੀ ਜੇ ਆ ਅਤੇ ਉਹ ਲਾਈਨ ਤਾਂ ਇੱਥੇ ਗੋਲ ਮਾਰਨਾ ਲੇਕਿਨ ਉੱਤੇ ਨਹੀਂ ਮਾਰਨਾ, ਇਹ ਉਹਦਾ ਚੈਲੇਂਜ ਆ ਕਿਉਂਕਿ ਉਹ ਜ਼ਿਆਦਾ ਖੇਡਦਾ ਨਹੀਂ। ਬਾਈ ਬਹੁਤ ਗੱਲਾਂ ਹੋ ਗਈਆਂ, ਚਲੋ ਕਰਦੇ ਹਾਂ ਸ਼ੂਟ ਸੀਗਾ ਗੋਲ ਇਹ ਸੀਗਾ, ਮੰਨ ਲੈਂਦੇ ਹਾਂ ਕਹਿਣ ਦਾ ਕਿਆ। ਹੁਣ ਮੈਂ ਫਿਰ ਰੀਪਲੇ ਦੇਖਿਆ ਅਤੇ ਮੈਂ ਇੱਧਰੋਂ ਦੀ ਨਿਕਲਿਆ ਜਿਹੜਾ ਡੀ ਉਹਦੇ ਮਤਲਬ ਆਹ ਲਾਈਨ ਦੇ ਉਹ ਵਿੱਚ ਦੇ ਜਾ ਕੇ ਦੇਖ ਲਈਓ ਸਲੋਮੋ 'ਚ, ਮੈਂ ਇੰਨਾ ਸਮਝਾਉਂਦਾ ਨਹੀਂ। ਬਾਕੀ ਇੱਕ ਵਾਰੀ ਫਿਰ ਤੋਂ ਕਰਦੇ ਹਾਂ, ਦੇਖੋ ਉਹ ਲੈਫਟ ਸਾਈਡ ਖੜ੍ਹਾ ਆ, ਹੁਣ ਆਪਾਂ ਰਾਈਟ ਸਾਈਡ ਮਾਰਾਂਗੇ। ਗੋਲ ਓਹੋ, ਮੈਂ ਵਲੋਗ 'ਚ ਕਹਿ ਵੀ ਦਿੱਤਾ ਮੈਂ ਕਿਹਾ ਉੱਧਰਲੀ ਸਾਈਡ ਖੜ੍ਹਾ, ਉੱਧਰਲੀ ਸਾਈਡ ਮਾਰਾਂਗੇ। ਹੁਣ ਥੋੜ੍ਹਾ ਪਹਿਲਾਂ ਮੈਂ ਇੱਧਰੋਂ ਮਾਰੀ ਸੀ ਹੁਣ ਇੱਧਰੋਂ ਮਾਰਨ ਲੱਗਾ, ਕਹਿੰਦਾ ਥੋੜ੍ਹਾ ਹੁਣ ਕੋਲ ਆ ਗਏ, ਕੋਲ ਆ ਕੇ ਮਾਰ ਕੇ ਦਿਖਾਓ ਆਦੇ ਥੱਲੇ ਥੱਲੇ ਗਾਈ ਥੱਲੇ ਸੀ ਹਲੇ ਸਿੱਧੇ ਛੂਟ ਆਣੀ, ਵੈਸੇ ਨਹੀਂ ਹੋਇਆ ਗੋਲ, ਇੱਕ ਮਿੰਟ ਵੈਸੇ ਗੋਲ ਨਹੀਂ ਹੈਗਾ ਕਿਉਂਕਿ ਬਹੁਤ ਉੱਚੀ ਸੀ ਅਤੇ ਤੂੰ ਵੀ ਕਹਿ ਨਾ ਥੱਲੇ ਥੱਲੇ ਮਾਰਨੀ ਆ ਅਤੇ ਕੋਈ ਇਹ ਨਾ ਸੋਚੋ ਵੀ ਇੰਨਾ ਵੱਡਾ ਗੋਲ ਬਣਾਇਆ, ਇਹ ਸਿਰਫ ਉੱਦਾਂ ਹੁਣ ਵੀ ਮੈਂ ਮਾਰ ਮਾਰ ਲਈ ਉਹਦੀ ਪ੍ਰੈਕਟਿਸ ਮੁੱਕ ਗਈ, ਚਲੋ ਚੱਲਦੇ ਹਾਂ। ਚਲੋ ਇੱਥੋਂ ਸ਼ੂਟ ਕਰਦੇ ਹੁਣ, ਨਹੀਂ ਹੋਈ ਮੈਨੂੰ ਵੀ ਪਤਾ ਨਹੀਂ ਹੋਈ, ਮਜ਼ਾਕ ਬਣਨਾ ਹੁਣ। ਗਾਈਸ ਪਿਛਲਾ ਜਿੱਦਾਂ ਹੋ ਗਿਆ ਹੁਣ ਨਹੀਂ ਹੁੰਦਾ, ਚੱਲ ਜਦੋਂ ਬੰਦਾ ਇੱਦਾਂ ਫੜ ਕੇ ਬਣਾਉਂਦਾ ਨਾ ਫਿਰ ਇੱਦਾਂ ਚੰਗੀ ਤਰੀਕੇ ਨਾਲ ਵੱਜਦਾ ਹੀ ਨਹੀਂ, ਦੇਖਿਆ ਨਹੀਂ ਵੱਜਦੀ ਚੰਗੀ ਤਰੀਕੇ ਨਾਲ। ਹੁਣ ਉਹ ਮੁੰਡਾ ਕਹਿੰਦਾ ਕਿ ਮੈਂ ਸ਼ੂਟ ਕਰਦਾ, ਰੁਕ ਜਾ ਚੱਲ ਆ ਦੇਖ ਲਓ, ਇੱਕ ਹੱਥ ਨਾਲ ਰੁਕੂੰਗਾ ਸ਼ਾਇਦ, ਰੋਕਣ ਦੀ ਲੋੜ ਹੀ ਨਹੀਂ ਭਾਈ, ਬੇਇੱਜ਼ਤੀ ਇਹ ਵੀ ਬੇਇੱਜ਼ਤੀ, ਪਿਛਲੀ ਵਾਰੀ ਜਿਹੜਾ ਮੇਰੇ ਤੋਂ ਵੱਜਾ ਨਹੀਂ ਸੀ ਹੁਣ ਪਾਣੀ ਇਹ ਪਾਊਂਗਾ ਪੱਕੀ ਗੱਲ, ਇਹ ਪਾਣੀ ਨਹੀਂ ਮੈਂ ਪਾਣੀ ਨਹੀਂ ਹੈਗੇ। ਅਤੇ ਗਾਈਸ ਚਲੋ ਇੱਕ ਵਾਰੀ ਫਿਰ ਤੋਂ ਨਹੀਂ ਕੀ ਇਹ ਕਿੱਦਾਂ ਮਤਲਬ ਕੀ ਆ ਸੋਚਦਾ, ਮਤਲਬ ਮੈਂ ਉੱਚੀ ਵਾਲੀ ਮਾਰਨੀ ਨਹੀਂ ਐਂ ਜਾਵੇ ਸਮਝ ਗਿਆ, ਬਹੁਤ ਉੱਚੀ ਗਈ ਬਰੋ। ਅਤੇ ਗਾਈਸ ਹੁਣ ਮੁੰਡਾ ਮਾਰਨ ਲੱਗਾ ਆ ਕਿੱਕ, ਰੁਕ ਜਾ ਇੱਕ ਮਿੰਟ ਕੈਮਰਾ ਐਂਗਲ ਸੈੱਟ ਕਰ ਲੈਣ ਦੇ, ਇੱਧਰ ਹੋ ਮਾੜਾ ਜਿਹਾ ਆਹ ਦੇਖ ਲਓ,
ਹੋ ਗਈ ਹੁਣ ਹੋ ਗਈ ਬੇਇੱਜ਼ਤੀ ਤੇ ਗਾਇਸ ਮੁੰਡਾ ਕਹਿੰਦਾ ਬਸ ਆਖਰੀ ਜੀ ਟਰਾਈ ਆ ਤੇ ਹਾਂਜੀ ਇਹਦਾ ਨਾਮ ਅੰਮ੍ਰਿਤ ਆ ਕਹਿੰਦਾ ਮੇਰਾ ਨਾਮ ਤਾਂ ਦੱਸ ਦੇ ਤਾਂ ਫਿਰ ਥੋੜ੍ਹਾ ਬੰਦਾ ਫੇਮਸ ਹੋ ਜਾਂਦਾ ਚੱਲ ਛੇਤੀ ਕਰ ਟਾਈਮ ਨਾ ਇਹਨਾਂ ਲਾ ਇਹ ਵਧੀਆ ਸੀਗੀ ਨੋ ਡਾਊਟ ਇਹ ਵਧੀਆ ਸੀ ਦੇਖੋ ਜੀ ਇਹ ਹੈਗਾ ਫੁੱਟਬਾਲ ਗਰਾਊਂਡ ਸਾਹਮਣੇ ਇੱਥੇ ਬਹੁਤ ਜਣੇ ਫਿਸ਼ਿੰਗ ਕਰਦੇ ਆ ਕਿਸੇ ਦਿਨ ਆਵਾਂਗੇ ਫਿਸ਼ਿੰਗ ਕਰਨ ਫਿਰ ਤੁਹਾਨੂੰ ਉਹ ਵਲੌਗ ਵੀ ਦੇਖਣ ਨੂੰ ਮਿਲ ਜੂਗਾ ਕਿ ਹੁਣ ਦੇਖਦੇ ਹਾਂ ਕੀ ਕਰਦੇ ਹਾਂ ਇਹ ਹੈਗਾ ਪਲੈਨ ਤਾਂ ਸਾਈਕਲਿੰਗ ਕਰਨ ਦਾ ਅਤੇ ਹੋ ਸਕਦਾ ਕਿ ਮੈਂ ਇਹ ਵਲੌਗ ਅੱਡ ਕਰ ਦੇਵਾਂ ਮਤਲਬ ਅੱਡ ਹੀ ਕਰ ਦੇਵਾਂ ਅਤੇ ਉਹ ਜਿਹੜਾ ਪਹਿਲਾਂ ਮੈਂ ਕਲਿੱਪ ਸ਼ੂਟ ਕੀਤੀ ਜਿੱਦਾਂ ਮੈਂ ਸਟੀਕਰ ਵਗੈਰਾ ਦੇਖਣ ਗਿਆ ਉਹ ਅਲੱਗ ਕਰ ਦੇਵਾਂ ਹੁਣ ਪਲੈਨ ਬਣ ਗਿਆ ਪ੍ਰਾਈਵੇਟ ਗਰਾਊਂਡ 'ਤੇ ਚਲਾਉਣ ਦਾ ਸਾਈਕਲ ਉੱਧਰਲੀ ਸਾਈਡ ਜਾਂਦੇ ਹਾਂ ਉੱਧਰ ਤੂੰ ਰੋਡ ਨਹੀਂ ਦੇਖੀ ਨਾ ਨਵੀਂ ਬਣੀ ਆ ਉੱਧਰਲੀ ਸਾਈਡ ਜਾ ਕੇ ਕੋਈ ਸਟੰਟ ਕਰਦੇ ਆ ਡਰਿਫਟ ਕਰਦੇ ਆ ਕੋਈ ਪ੍ਰੋਫੈਸ਼ਨਲ ਸਾਈਕਲਿਸਟ ਡਰਿਫਟ ਕਰੂਗੇ ਆਹੋ ਤੂੰ ਹੁਣ ਦੇਖਿਆ ਚੱਲ ਚੱਲਦੇ ਆ ਇਹਨੂੰ ਹੁਣ ਪਤਾ ਲੱਗਾ ਮੈਂ ਕਿਹੜੀ ਗਰਾਊਂਡ ਦੀ ਗੱਲ ਕਰਦਾ ਪਿਆ ਫਿਰ ਤਾਂ ਕਹਿੰਦਾ ਮੈਂ ਉਹ ਗਰਾਊਂਡ ਜਾਣਾ ਕਹਿੰਦਾ ਅੱਛਾ ਉਹ ਗਰਾਊਂਡ ਜਾਣਾ ਉਹ ਪਿੱਛੇ ਰਹਿ ਗਿਆ ਨਾ ਕਿ ਨਾ ਕਰ ਕਿਉਂ ਡਿੱਗੂੰਗਾ ਫਿਰ ਗਾਇਸ ਕੁੱਤੇ ਮਗਰ ਪੈ ਗਏ ਭੱਜ ਭੱਜ ਕੇ ਆ ਗਿਆ ਚੱਲ ਹੁਣ ਚੱਲਦੇ ਹਾਂ ਤੁਹਾਨੂੰ ਵੀ ਦਿਖਾਉਂਦੇ ਹਾਂ ਗੇਰਾ ਵਾਲੀ ਸਾਈਕਲ ਦਾ ਇਹ ਫਾਇਦਾ ਦੇਖ ਲਓ ਬਿਨਾਂ ਉਤਰੇ ਚੜ੍ਹਾ ਸੀ ਅਤੇ ਇੱਦਾਂ ਉਤਰ ਕੇ ਚੜ੍ਹਨ ਦਾ ਆਪਣਾ ਹੈਗੀ ਇਹਦਾ ਵੀ ਗੇਰਾ ਵਾਲੀ ਆ ਲੇਕਿਨ ਇੱਥੇ ਗੇਰ ਹੀ ਨਹੀਂ ਪੈਂਦੇ ਡਾਇਲੋਗ ਤਾਂ ਬੋਲਾ ਉਹ ਦੇਖੋ ਗਾਈਸ ਉਹ ਚਿੱਟਾ ਘੋੜਾ ਕਿੰਨਾ ਲੱਗਦਾ ਗੋਰਾ ਕਿੰਨਾ ਇਮੋਸ਼ਨਲ ਡੈਮੇਜ ਹਾਂ ਪਿਛਲੇ ਵਲੌਗ ਚ ਮੈਂ ਵੀ ਏਦਾਂ ਕਿਹਾ ਸੀਗਾ ਆ ਵੀਲਾ ਵਲੌਗ 'ਚ ਮੈਂ ਇਹ ਕਿਹਾ ਸੀਗਾ ਕਿ ਵਿਲਾ ਆ ਤਾਂ ਉਹ ਗਲਤੀ ਨਾਲ ਕਿਹਾ ਹੋ ਗਿਆ ਸੀ ਇਹ ਵੈਸੇ ਹੋਟਲ ਆ ਇੱਕ ਤਾਂ ਕੈਮਰਾ ਨਹੀਂ ਸਾਫ ਇੱਥੇ ਆ ਕੀ ਲਿਖਿਆ ਪੋਲੀ ਚਟੋ ਪਰ ਨਿਕੋ ਕੋਵਾ ਇਹਦਾ ਮਤਲਬ ਪਤਾ ਕੀ ਆ ਹਾਂ ਸੇਲ ਤੇ ਲੱਗਾ ਆ ਉਦੀ ਬੋਲਦਾ ਵੀ ਇਹਦਾ ਮਤਲਬ ਹੈਗਾ ਇੱਕ ਆ ਮੋਟੇ ਭਾਈ ਤੋਂ ਬੱਚੋ ਠੀਕ ਆ ਇਹ ਸੋ ਅੱਗੇ ਨਿਕਲ ਗਿਆ ਹੁਣ ਉਹਨਾਂ ਇੱਕ ਪ੍ਰੈਂਕ ਕਰ ਉਹੀ ਵਾਲੀ ਲੋਕੇਸ਼ਨ ਤੇ ਚੱਲਦੇ ਆ ਉੱਧਰ ਜਿਹੜਾ ਇੱਕ ਘਰ ਆ ਤੇ ਗਾਈਸ ਉੱਥੇ ਬਹੁਤ ਜਣੇ ਫਿਸ਼ਿੰਗ ਕਰਦੇ ਪਏ ਸੀ ਇਸ ਲਈ ਪ੍ਰੈਂਕ ਕੈਂਸਲ ਤੈਨੂੰ ਪਤਾ ਮੈਂ ਇੱਥੇ ਇਕੱਲਾ ਪ੍ਰੈਂਕ ਕਰਨ ਲਈ ਨਹੀਂ ਲੈ ਕੇ ਤੇ ਗਾਈਸ ਇਹ ਸੀਗਾ ਅੱਜ ਦਾ ਵਲੌਗ ਜੇ ਵਧੀਆ ਲੱਗਿਆ ਹੋਇਆ ਤਾਂ ਕੀ ਕਰਨਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਬਹੁਤ ਹੀ ਇੰਟਰਸਟਿੰਗ ਵਲੌਗ ਆਉਣ ਵਾਲੇ ਆ ਕਿਉਂਕਿ ਇੱਥੇ ਦਾ ਜਿਹੜਾ ਫੈਸਟੀਵਲ ਆ ਈਸਟਰ ਉਹਦਾ ਤਾਂ ਬਹੁਤ ਹੀ ਵਧੀਆ ਵਲੌਗ ਆਊਗੇ ਕਿਉਂਕਿ ਸਾਨੂੰ 2 ਵੀਕਸ ਲਈ ਹੋਲੀਡੇਜ਼ ਆ ਸਬਸਕ੍ਰਾਈਬ ਕਰ ਲਓ ਫਟਾਫਟ ਉਹ ਵੀ ਦੇਖਣ ਲੱਗ ਗਏ ਅਤੇ ਗਾਈਸ ਮਜ਼ਾਕ ਚੱਲਦਾ ਰਹਿੰਦਾ ਅਤੇ ਅਗਲੇ ਵਲੌਗ 'ਚ ਦੇਖਦੇ ਹਾਂ ਕੀ ਕਰਦੇ ਹਾਂ ਕਰਨ ਦਾ ਕੁਛ ਵੈਸੇ ਹੈ ਨਹੀਂ ਬਾਏ ਬਾਏ ਨਹੀਂ ਹਾਲੇ ਨਹੀਂ ਅਤੇ ਗਾਈਸ ਮੈਂ ਮਿਲਦਾ ਤੁਹਾਨੂੰ ਅਗਲੀ ਵੀਡੀਓ 'ਚ ਤਦ ਤੱਕ ਲਈ ਗੁੱਡ ਬਾਏ ਗਾਈਸ ਮੈਂ ਵਲੌਗ ਐਂਡ ਕਰਤਾ ਮੁੰਡਾ ਕਹਿੰਦਾ ਮੂੰਹ ਦਿਖਾ ਉਹ 'ਚ ਕਿਆ ਦਿਖਾਉਣ ਵਾਲਾ